ਬੀਤੇ ਦਿਨ ਥਾਰ, ਜੀਪ ਅਤੇ ਆਟੋ ਦੇ ਵਿਚਕਾਰ ਹੋਏ ਹਾਦਸੇ ਦੇ ਦੌਰਾਨ ਰੋਪੜ ਸਰਹੰਦ ਨਹਿਰ ਦੇ ਕਿਨਾਰੇ ਹਾਦਸੇ ਤੋਂ ਬਾਅਦ ਇਹ ਟੈਂਪੂ ਨਹਿਰ ਦੇ ਵਿੱਚ ਜਾ ਡਿੱਗ ਗਿਆ ਸੀ। ਦੱਸਿਆ ਜਾ ਰਿਹਾ ਸੀ ਕਿ ਇਸ ਟੈਂਪੂ ਦੇ ਵਿੱਚ 4 ਤੋਂ 5 ਸਵਾਰੀਆਂ ਹੋ ਸਕਦੀਆਂ ਹਨ। ਪ੍ਰਸ਼ਾਸਨ ਦੇ ਵੱਲੋਂ ਕੁਝ ਦੇਰ ਬਾਅਦ ਬੇਸ਼ੱਕ ਜਦੋਂ ਜਹਿਦ ਤੋਂ ਬਾਅਦ ਟੈਂਪੂ ਨੂੰ ਤਾਂ ਬਾਹਰ ਕੱਢ ਲਿਆ ਸੀ, ਲੇਕਿਨ ਹੁਣ ਤੱਕ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਸਵਾਰੀਆਂ ਦੀ ਸਰਹੰਦ ਨਹਿਰ ਦੇ ਵਿੱਚ ਭਾਲ ਕੀਤੀ ਜਾ ਰਹੀ ਹੈ। ਸਰਹੰਦ ਨਹਿਰ ਦੇ ਵਿੱਚ NDRF ਦੀ ਟੀਮਾਂ ਦੇ ਵੱਲੋਂ ਜਿੱਥੇ ਜਿੱਥੇ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਉੱਥੇ ਰੂਪਨਗਰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਪਹੁੰਚ ਰਹੇ ਹਨ। ਰੂਪਨਗਰ ਦੇ SDM ਨਵਦੀਪ ਕੁਮਾਰ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮੌਕੇ ਦੇ ਉੱਪਰ ਪਹੁੰਚੇ ਅਤੇ ਉਹਨਾਂ ਦੱਸਿਆ ਕਿ ਲਗਾਤਾਰ ਪ੍ਰਸ਼ਾਸਨ ਅਤੇ NDRF ਦੀ ਟੀਮਾਂ ਪੂਰੀ ਜੱਦੋਜਹਿਦ ਕਰ ਰਹੀਆਂ ਹਨ ਤਾਂ ਕਿ ਗਵਾਚਿਆਂ ਦੀ ਭਾਲ ਕੀਤੀ ਜਾ ਸਕੇ। ਅੱਗੇ ਸੁਣਦੇ ਹਾਂ ਕਿ SDM ਨਵਦੀਪ ਕੁਮਾਰ ਉਹਨਾਂ ਨੇ ਕੀ ਦੱਸਿਆ। ਹਾਂਜੀ, ਅਨਫੋਰਚੁਨੇਟਲੀ ਕੱਲ੍ਹ ਇੱਕ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਆਟੋ ਜਿਹੜਾ ਹੈਗਾ ਉਹ ਪਾਣੀ ਦੇ ਵਿੱਚ ਗਿਰ ਗਿਆ ਹੈਗਾ ਅਤੇ ਵੀ ਆਰ ਵਿਦ NDRF ਹੈਲਪ, NDRF ਦੀ ਹੈਲਪ ਦੇ ਨਾਲ ਅਸੀਂ ਟਰਾਈ ਕਰ ਰਹੇ ਹੈਗੇ ਹਾਂ ਵੀ ਸਾਨੂੰ ਇਹ ਜਿਹੜੇ ਵਾਹਨ ਦੇ ਵਿੱਚ ਬੈਠੇ ਬੰਦੇ ਸੀਗੇ ਮਿਲ ਜਾਣ। ਅਤੇ ਫਿਲਹਾਲ ਹਜੇ ਤੱਕ ਤਾਂ ਸਾਨੂੰ ਨਹੀਂ ਕੁਛ ਇਸ 'ਚ ਫੋਰਚੂਨ ਮਿਲਿਆ, ਲੇਕਿਨ ਸਟਿਲ ਵੀ ਆਰ ਟਰਾਇੰਗ ਐਂਡ ਅਸੀਂ ਰਾਈਟ ਨਾਓ ਅਸੀਂ ਉਸ ਸਪੋਟ ਤੋਂ ਥੋੜ੍ਹਾ ਅੱਗੇ ਆ ਕੇ NDRF ਦੀ ਟੀਮ ਦੇ ਨਾਲ ਆਪ ਜਾ ਕੇ ਇੱਕ ਵਾਰ ਸਪੋਟਸ ਬੋਰਡ ਦੇ ਵਿੱਚ ਚੈੱਕ ਕਰਕੇ ਆਏ ਹਾਂ। ਦੇਖੋ, ਵੀ ਆਰ ਪੋਜ਼ਿਟਿਵ ਕਿ ਅਸੀਂ ਫਾਈਂਡ ਆਊਟ ਕਰਨ ਦੇ ਵਿੱਚ ਪੂਰਾ ਜ਼ੋਰ ਲਗਾਇਆ ਹੋਇਆ, NDRF ਦੀ ਟੀਮ ਇੱਥੇ ਆ, ਅਸੀਂ ਇੱਧਰ ਹੈਗੇ ਹਾਂ। ਅਤੇ ਬਟ ਜਿਵੇਂ ਜਿਵੇਂ ਸਮਾਂ ਬੀਤਦਾ ਜਾਂਦਾ ਥੋੜ੍ਹਾ ਜਿਹਾ ਜਿਹਨੂੰ ਕਹਿੰਦੇ ਸਾਨੂੰ ਫੀਲ ਹੋਣਾ ਸ਼ੁਰੂ ਹੋ ਜਾਂਦਾ ਹੈਗਾ, ਦੈਟ ਇਜ਼ ਵਾਈ ਵੀ ਆਲ ਆਰ ਹੇਅਰ ਐਂਡ ਅਸੀਂ ਪੂਰਾ ਜ਼ੋਰ ਲਗਾ ਰਹੇ ਹੈਗੇ।